ਇੱਕ ਮਾਮੂਲੀ ਗੱਲ ਦੇ ਪਿੱਛੇ ਕੋਈ ਕਿਸੇ ਦੀ ਜਾਨ ਦਾ ਦੁਸ਼ਮਣ ਕਿਵੇਂ ਬਣ ਸਕਦਾ। ਪਰ ਇੱਕ ਸ਼ਖਸ ਬਣਿਆ, ਬ੍ਰਿਜ਼ਾ ਕਾਰ ਦੇ ਵਿੱਚ ਸਵਾਰ ਹੋਇਆ ਇਹ ਸ਼ਖਸ, ਜਿਸ ਨੇ ਤੁਰੇ ਜਾ ਰਹੇ ਬੰਦੇ ਨੂੰ ਕੁਚਲ ਦਿੱਤਾ। ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਇੱਕ ਸ਼ਖਸ ਪੈਦਲ ਤੁਰਿਆ ਜਾ ਰਿਹਾ, ਪਿੱਛੋਂ ਦੀ ਲਾਲ ਰੰਗ ਦੀ ਬ੍ਰਿਜ਼ਾ ਕਾਰ ਆਈ, ਜਿਸ ਨੇ ਇਸ ਸ਼ਖਸ ਨੂੰ ਕੁਚਲ ਦਿੱਤਾ। ਗੱਡੀ ਦੇ ਟਾਇਰ ਇਸ ਦੀਆਂ ਲੱਤਾਂ ਉੱਪਰੋਂ ਦੀ ਲੰਘ ਗਏ, ਮੂੰਹ ਤੇ ਵੀ ਸੱਟਾਂ ਲੱਗੀਆਂ ਨੇ। ਨਜ਼ਦੀਕ ਖੜੀ PCR ਦੀ ਕਾਰ ਆਈ, ਜਿਸ ਨੇ ਇਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਪੂਰੀ ਵਾਰਦਾਤ ਦਾ ਕਾਰਨ ਥੋੜਾ ਸਮਾਂ ਪਹਿਲਾਂ ਹੋਈ ਬਹਿਸ ਸੀ, ਜਿਸ ਤੋਂ ਬਾਅਦ ਬ੍ਰਿਜ਼ਾ ਦੇ ਵਿੱਚ ਸਵਾਰ ਸ਼ਖਸ ਦੇ ਵੱਲੋਂ ਇਸ ਵਿਅਕਤੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਦੱਸਦੇ ਕਿ ਬ੍ਰਿਜ਼ਾ ਕਾਰ ਸਾਈਡ 'ਤੇ ਕਰਨ ਦੇ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਤੂੰ ਮੈਂ ਹੋਈ ਔਰ ਇਹ ਸ਼ਖਸ ਪੈਦਲ ਤੁਰਿਆ ਜਾ ਰਿਹਾ ਸੀ ਤਾਂ ਪਿੱਛੋਂ ਲਿਆ ਕੇ ਬ੍ਰਿਜ਼ਾ ਕਾਰ ਇਸ ਦੇ ਉੱਪਰ ਹੀ ਝਾੜ ਦਿੱਤੀ। ਇਹ ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 45 ਦੀਆਂ ਨੇ। ਸ਼ਖਸ ਗੰਭੀਰ ਜ਼ਖਮੀ ਹੋਇਆ, ਜਿਸ ਨੂੰ PCR ਗੱਡੀ ਦੇ ਵਿੱਚ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜੋ ਜ਼ਖਮੀ ਹੋਇਆ ਉਹ ਕੈਟਰਿੰਗ ਦਾ ਕੰਮ ਕਰਦਾ ਹੈ ਔਰ ਸ਼ਾਮ ਨੂੰ ਘਰੋਂ ਬਾਹਰ ਆਪਣੇ ਦੋਸਤਾਂ ਦੇ ਨਾਲ ਗਿਆ ਸੀ ਗੱਡੀ ਦੇ ਵਿੱਚ ਸਵਾਰ ਹੋ ਕੇ, ਤਾਂ ਬ੍ਰਿਜ਼ਾ ਵਾਲਾ ਅੱਗਿਓਂ ਇਸ ਨੂੰ ਟੱਕਰ ਗਿਆ। ਇਸ ਨੇ ਸਾਈਡ ਕਰਨ ਦੇ ਲਈ ਪਿੱਛੋਂ ਹਾਰਨ ਮਾਰਿਆ, ਪਰ ਇਸ ਨੇ ਗੱਡੀ ਪਿੱਛੇ ਨਹੀਂ ਕੀਤੀ ਤਾਂ ਇਹ ਸ਼ਖਸ ਗੱਡੀ ਦੇ ਵਿੱਚੋਂ ਬਾਹਰ ਆਇਆ ਤੇ ਇਸ ਨੂੰ ਸਾਈਡ ਕਰਨ ਦੇ ਲਈ ਕਿਹਾ। ਉਦੋਂ ਤਾਂ ਇਹ ਗੱਲ ਮੰਨ ਗਿਆ, ਫਿਰ ਵੀ ਇਸ ਨੇ ਕਿੜ ਰੱਖੀ। ਜਦੋਂ ਇਹ ਤੁਰਿਆ ਜਾ ਰਿਹਾ ਸ਼ਖਸ ਆਪਣੀ ਗੱਡੀ ਦੇ ਵਿੱਚੋਂ ਬਾਹਰ ਨਿਕਲ ਕੇ ਆਪਣੇ ਘਰ ਦੇ ਵੱਲ ਹੋਇਆ ਤਾਂ ਬ੍ਰਿਜ਼ਾ ਕਾਰ ਨੇ ਪਿੱਛਾ ਕਰਕੇ ਇਸ ਦੇ ਉੱਪਰ ਹੀ ਕਾਰ ਚੜਾ ਦਿੱਤੀ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਇਸ ਦੇ ਗੰਭੀਰ ਸੱਟਾਂ ਲੱਗੀਆਂ ਨੇ। ਦੱਸਦੇ ਕਿ ਇਹ ਸ਼ਖਸ ਕੈਟਰਿੰਗ ਦਾ ਕੰਮ ਕਰਦਾ ਹੈ, ਜੋ ਰਾਤ ਵੇਲੇ ਆਪਣੇ ਦੋਸਤਾਂ ਦੇ ਨਾਲ ਗਿਆ ਸੀ ਉਦੋਂ ਇਸ ਦੀ ਬ੍ਰਿਜ਼ਾ ਕਾਰ ਵਾਲੇ ਦੇ ਨਾਲ ਤੂੰ ਮੈਂ ਹੋ ਗਈ ਔਰ ਇੰਨੀ ਕੁ ਗੱਲ ਦੇ ਪਿੱਛੇ ਬ੍ਰਿਜ਼ਾ ਕਾਰ ਸਾਈਡ 'ਤੇ ਕਰਨ ਨੂੰ ਲੈ ਕੇ ਇਸ ਸ਼ਖਸ ਦੇ ਵੱਲੋਂ ਤੁਰੇ ਜਾ ਰਹੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਫਿਲਹਾਲ ਪੁਲਿਸ ਦੇ ਵੱਲੋਂ CCTV ਤਸਵੀਰਾਂ ਨੂੰ ਆਧਾਰ ਬਣਾ ਕੇ ਇਸ ਸ਼ਖਸ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਇਸ ਨੂੰ ਕਾਬੂ ਕੀਤਾ ਜਾਵੇਗਾ। ਚੰਡੀਗੜ੍ਹ ਦੇ ਸੈਕਟਰ 45 ਬੜੈਲ ਦੇ ਕੋਲ ਦੇਰ ਰਾਤ ਇੱਕ ਛੋਟੀ ਜਿਹੀ ਗੱਲ ਪਿੱਛੇ ਇੱਕ ਬ੍ਰਿਜ਼ਾ ਕਾਰ ਨੇ ਬੰਦੇ ਤੇ ਹੀ ਗੱਡੀ ਚੜਾ ਦਿੱਤੀ। ਹਾਲਾਂਕਿ ਇਹਦੀ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਹਦੇ ਵਿੱਚ ਕਪਿਲ ਚੋਪੜਾ ਨਾਂ ਦਾ ਜਿਹੜਾ ਨੌਜਵਾਨ ਹੈ ਉਹਦੇ ਕਾਫੀ ਸੱਟਾਂ ਵੱਜੀ ਹੈ, ਉਹਦੇ ਪੈਰ ਤੇ, ਉਹਦੇ ਹੱਥ ਤੇ, ਉਹਦੇ ਮੂੰਹ ਤੇ ਕਾਫੀ ਸੱਟਾਂ ਵੱਜੀ ਹੈ ਔਰ CCTV 'ਚ ਬੜੀ ਹੈਰਾਨ ਕਰ ਦੇਣ ਵਾਲੀ ਫੁਟੇਜ ਵੀ ਸਾਹਮਣੇ ਆਈ ਹੈ ਕਿ ਕਿਸ ਤਰ੍ਹਾਂ ਉਹਨੂੰ ਰਗੜਦੇ ਹੋਏ ਸਿੱਧਾ ਭੱਜਦਾ ਨਜ਼ਰ ਆ ਰਿਹਾ ਹੈ। ਬ੍ਰਿਜ਼ਾ ਕਾਰ ਰੈੱਡ ਕਲਰ ਦੀ HR ਨੰਬਰ ਬ੍ਰਿਜ਼ਾ ਕਾਰ ਹੈ, ਜੋ ਕਿ ਇੱਕ ਛੋਟੀ ਜਿਹੀ ਗੱਲ ਪਿੱਛੇ ਹੁਣ ਤੱਕ ਦੀ ਜਿਹੜੀ ਜਾਣਕਾਰੀ ਕਪਿਲ ਚੋਪੜਾ ਨੇ ਦਿੱਤੀ ਹੈ ਕਿ ਸਿਰਫ ਉਹਨੂੰ ਕਿਹਾ ਸੀਗਾ ਕਿ ਗੱਡੀ ਸਾਈਡ ਤੇ ਲਾ ਲਓ ਔਰ ਉਹਦੇ ਤੇ ਉਹ ਭੜਕ ਗਿਆ, ਬਹਿਸਬਾਜ਼ੀ ਹੋਈ ਔਰ ਬੰਦੇ ਨੂੰ ਪਿੱਛੇ ਲਿਜਾ ਕੇ ਗੱਡੀ ਅੱਗੇ ਜਾ ਕੇ ਰਗੜਦਾ ਨਜ਼ਰ ਆਇਆ। ਹਾਲਾਂਕਿ CCTV ਫੁਟੇਜ ਦੇ ਆਧਾਰ ਤੇ ਹੁਣ ਪੁਲਿਸ ਵੀ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ, ਕਾਰਵਾਈ ਦੀ ਗੱਲ ਕਰਤੀ ਜਾ ਰਹੀ ਹੈ। ਲੇਕਿਨ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਖੌਫ ਨਹੀਂ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ, ਸਿੱਧਾ ਬੰਦੇ ਨੂੰ ਰਗੜਦਾ ਹੋਇਆ ਇਹ ਬ੍ਰਿਜ਼ਾ ਕਾਰ ਸਵਾਰ HR ਨੰਬਰ ਗੱਡੀ ਦਾ। ਹਾਲਾਂਕਿ CCTV ਫੁਟੇਜ ਦੇ ਵਿੱਚ ਗੱਡੀ ਦਾ ਨੰਬਰ ਵੀ ਸਾਹਮਣੇ ਆ ਰਿਹਾ, ਰੈੱਡ ਕਲਰ ਦੀ ਬ੍ਰਿਜ਼ਾ ਗੱਡੀ ਹੈ, HR 85 ਨੰਬਰ ਦੱਸਿਆ ਜਾ ਰਿਹਾ। ਹੁਣ ਪੁਲਿਸ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਕਿ ਗੱਡੀ ਸਵਾਰ ਕੌਣ ਸੀ, ਇਹਨੇ ਕਿਉਂ ਆਪਸ 'ਚ ਇੰਨੀ ਬਹਿਸਬਾਜ਼ੀ ਕੀ ਹੋਈ ਸੀ ਕਿ ਉਹਨੂੰ ਰਗੜਦਾ ਹੋਇਆ ਫਰਾਰ ਹੋ ਗਿਆ। ਹਾਲਾਂਕਿ ਕਾਫੀ ਜ਼ਿਆਦਾ ਉਹਨੂੰ ਸੱਟਾਂ ਆਈਆਂ, ਉਹਨੂੰ ਹਸਪੀਟਲ 'ਚ ਐਡਮਿਟ ਕਰਾਇਆ ਗਿਆ ਹੈ। ਹੁਣ ਪੁਲਿਸ ਇਹਦੇ ਵਿੱਚ ਹਾਲਾਂਕਿ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ, ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਲੇਕਿਨ ਹਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਇਸ ਮਾਮਲੇ 'ਚ ਨਹੀਂ ਹੋਈ ਹੈ।